ਆਪਣਾ ਪਹਿਲਾ ਭਾਰਤੀ ਦੌਰਾ ਰੱਦ ਹੋਣ ਤੋਂ ਬਾਅਦ ਪੰਜਾਬੀ ਗਾਇਕ ਅਤੇ ਰੈਪਰ ਸ਼ੁਭ ਦਾ ਪਹਿਲੀ ਵਾਰੀ ਬਿਆਨ ਸਾਹਮਣੇ ਆਇਆ ਹੈ ਇਸ ਪੂਰੇ ਮਾਮਲਾਤ ਦਾ ਸ਼ੁਭ ਦਾ ਕੀ ਸੋਚਣਾ ਹੈ ਇਸ ਪੂਰੇ ਮਾਮਲਾਤ ਬਾਰੇ ਜਿਹੜੀ ਚੀਜ਼ਾਂ ਚੱਲ ਰਹੀਆਂ ਨੇ ਜਿਹੜੀ ਘਟਨਾਵਾਂ ਹੋ ਰਹੀਆਂ ਨੇ ਜਿਹੜੇ ਗੱਲਾਂ ਕਈਆਂ ਜਾਰੀਆਂ ਨੇ ਸ਼ੁਭ ਦੇ ਖਿਲਾਫ ਇਸ ਬਾਰੇ ਸ਼ੁਭ ਦਾ ਕੀ ਕਹਿਣਾ ਹੈ ਇਹ ਗੱਲਾਂ ਨੇ ਸ਼ੁਭ ਨੂੰ ਕਿੰਨਾ ਪ੍ਰਭਾਵਿਤ ਕੀਤਾ ਹੈ ਅਤੇ ਕੀ ਪਵੇਖਿਆ ਹੁਣ ਸ਼ੁਭਦਾ ਪੰਜਾਬ ਵਿੱਚ ਕੀ ਦੁਬਾਰਾ ਉਹ ਲੋਕਾਂ ਦੇ ਦਿਲਾਂ ਵਿੱਚ ਜਗ੍ਹਾ ਬਣਾ ਪਾਵੇਗਾ ਆਪਣੀ ਗਾਇਕੀ ਦੇ ਨਾਲ ਆਪਣੀ ਕਲਾਕਾਰੀ ਦੇ ਨਾਲ ਕੀ ਦੁਬਾਰਾ ਜਿਸ ਮੁਕਾਮ ਨੂੰ ਉਸਨੇ ਹਾਸਲ ਕੀਤਾ ਹੈ ਕਿ ਉਸ ਮੁਕਾਮ ਵਿੱਚ ਉਹ ਵਾਧਾ ਕਰ ਪਾਵੇਗਾ ਤੰਦਾਜ਼ੇ ਕਿ ਜਦੋਂ ਸ਼ਬਦ ਦਾ ਪਹਿਲਾ ਇੱਕ ਭਾਰਤੀ ਦੌਰਾ ਹੋਣਾ ਸੀਗਾ ਜਿਸ ਪੰਜਾਬ ਤੋਂ ਉੱਠ ਕੇ ਕੈਨੇਡਾ ਦੀ ਧਰਤੀ ਤੇ ਗਿਆ ਉਸਨੇ ਉੱਥੇ ਜਾ ਕੇ ਆਪਣੀ ਗਾਇਕੀ ਦੇ ਨਾਲ ਆਪਣੀ ਕਲਾ ਦੇ ਨਾਲ ਪੂਰੀ ਦੁਨੀਆ ਵਿੱਚ ਇੱਕ ਵੱਖਰਾ ਨਾਮ ਬਣਾਇਆ ਹੈ ਪੰਜਾਬੀ ਗਾਇਕ ਪੰਜਾਬੀ ਗਾਇਕੀ ਨੂੰ ਪੰਜਾਬੀ ਹਿਪ ਹੌਪ ਨੂੰ ਇੱਕ ਵੱਖਰੀ ਪਛਾਣ ਦਿੰਦੀ ਹੈ ਤੇ ਜਦੋਂ ਉਸਨੇ ਭਾਰਤ ਆਣਾ ਸੀਗਾ ਆਪਣੇ ਪਹਿਲੇ ਦੌਰੇ ਦੇ ਲਈ ਉਹ ਪਹਿਲਾ ਦੌਰਾ ਰੱਦ ਕਰ ਦਿੱਤਾ ਗਿਆ ਆਬਵੀਅਸ ਕਰਕੇ ਕਿ ਉਸਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕੀਤੀ ਸੀ ਪੋਸਟ ਸਾਂਝੀ ਕਰਕੇ ਉਸਨੇ ਪੰਜਾਬ ਦਾ ਇੱਕ ਅਜਿਹਾ ਨਕਸ਼ਾ ਦਿਖਾਇਆ ਸੀਗਾ ਜੋ ਵਿਦਵਾਨ ਨੇ ਸੋਸ਼ਲ ਮੀਡੀਆ ਤੇ ਉਹਨਾਂ ਦੀ ਮੰਨੀਤ ਉਹ ਕਹਿੰਦੇ ਨੇ ਕਿ ਇਹ ਨਕਸ਼ਾ ਭਾਰਤ ਦਾ ਜਾਂ ਪੰਜਾਬ ਦਾ ਇੱਕ ਸੈਪਰੇਟਿਸਟ ਨਕਸ਼ਾ ਇੱਕ ਵੱਖਵਾਦੀ ਨਕਸ਼ਾ ਹੈ ਤੇ ਸ਼ੁਭ ਵੀ ਅਜਿਹੀ ਵੱਖਵਾਦੀ ਗਤੀਵਿਧੀਆਂ ਅਤੇ ਵੱਖਵਾਦੀ ਸੋਚ ਦਾ مالک ਹੈ ਉਸ ਨੂੰ ਉਸ ਵਿੱਚ ਵਾਧਾ ਕਰਦਾ ਹੈ ਅਜਿਹੀ ਸੋਚ ਤੋਂ ਇਤਿਫਾਕ ਰੱਖਦਾ ਪਰ ਸ਼ੁਭ ਦਾ ਦੌਰਾ ਸੀਗਾ 25 ਅਤੇ 23 ਤੋਂ 25 ਸਤੰਬਰ ਨੂੰ ਉਹ ਦੌਰਾ ਰੱਦ ਕਰ ਦਿੱਤਾ ਗਿਆ ਬੰਬੇ ਵਿੱਚ ਉਸ ਦੇ ਪੋਸਟਰਾਂ ਤੇ ਕਾਲਕ ਲਗਾਏ ਗਏ ਪੋਸਟਰ ਫੜੇ ਗਏ ਬੋਟ ਕੰਪਨੀ ਨੇ ਸਪਾਂਸਰਸ਼ਿਪ ਰੱਦ ਕਰ ਦਿੱਤੀ ਹੈ ਤੇ ਬੁੱਕਮਾਈ ਸ਼ੋ ਨੇ ਵੀ ਸ਼ੋ ਕੈਨਸਲ ਕਰ ਦਿੱਤੇ ਬਹੁਤ ਲੋਕਾਂ ਦੀ ਉਮੀਦਾਂ ਸੀਗੀਆਂ ਕਿ ਸ਼ੁਭ ਜਦੋਂ ਵਾਪਸ ਆਵੇਗਾ ਆਪਣੀ ਧਰਤੀ ਤੇ ਹਿੰਦੁਸਤਾਨ ਦੀ ਧਰਤੀ ਤੇ ਵਾਪਸ ਪੈਰ ਰੱਖੇਗਾ ਤਾਂ ਉਸ ਦਾ ਖੁੱਲੀ ਦਿੱਲੀ ਨਾਲ ਸਵਾਗਤ ਕੀਤਾ ਜਾਵੇਗਾ ਗਰਮ ਜੋਸ਼ ਨਾਲ ਉਸ ਦਾ ਸਵਾਗਤ ਹੋਵੇਗਾ ਪਰ ਨਹੀਂ ਪੋਸਟਰ ਫਾੜੇ ਗਏ ਸ਼ੋਅ ਬੰਦ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਇਹ ਸਾਰੀਆਂ ਗੱਲਾਂ ਨੇ ਸ਼ੁਭ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਹੈ ਤੁਹਾਨੂੰ ਸ਼ੁਭ ਦਾ ਬਿਆਨ ਦਿਖਾਣੇ ਆ ਕਿ ਸ਼ੁਭ ਨੇ ਕੀ ਪੋਸਟ ਪਾਈ ਹੈ ਕੀ ਉਹਨੇ ਬਿਆਨ ਦਿੱਤਾ ਹੈ ਸੋਸ਼ਲ ਮੀਡੀਆ ਤੇ ਅਸੀਂ ਤੁਹਾਨੂੰ ਸ਼ੁਭ ਦਾ ਇੱਕ ਬਿਆਨ ਦਿਖਾਣੇ ਆ ਜਿਹੜਾ ਉਸਨੇ ਬੀਤੇ ਦਿਨੀ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਹੈ ਬਿਆਨ ਤੁਸੀਂ ਦੇਖ ਸਕਦੇ ਹੋ ਅੰਗਰੇਜ਼ੀ ਵਿੱਚ ਉਸਨੇ ਇਸ ਬਿਆਨ ਨੂੰ ਪਾਇਆ ਸੀਗਾ ਜਿਸ ਦਾ ਇਹ ਪੰਜਾਬੀ ਅਨੁਵਾਦ ਹੈ ਜਿਸ ਵਿੱਚ ਕਹੀਏ ਕਿ ਬਹੁਤ ਚੀਜ਼ਾਂ ਸ਼ੁਭ ਨੇ ਲਿਖੀਆਂ ਨੇ ਸਭ ਤੋਂ ਪਹਿਲਾਂ ਉਸਨੇ ਇਸ ਚੀਜ਼ ਨੂੰ ਮੰਨਿਆ ਕਿ ਮੈਂ ਇੱਕ ਪੰਜਾਬੀਆਂ ਤੇ ਭਾਰਤੀਆਂ ਮੈਂ ਅਜਿਹੀ ਸੋਚ ਤੋਂ ਇਤਫਾਕ ਨਹੀਂ ਰੱਖਦਾ ਜਿਹੜੀ ਸੋਚ ਨਾਲ ਜਿਹੜੀ ਵੱਖਵਾਦੀ ਸੋਚ ਨਾਲ ਵੱਖਵਾਦੀ ਗਤੀਵਿਧੀਆਂ ਵਿੱਚ ਮੈਨੂੰ ਮਿਲਾਇਆ ਜਾ ਰਿਹਾ ਅਜਿਹੀ ਸੋਚ ਦਾ ਮੈਂ ਮਾਲਕ ਨਹੀਂ ਹੈਗਾ ਮੇਰਾ ਮੰਨਣਾ ਹੈ ਕਿ ਮੈਂ ਸਭ ਤੋਂ ਪਹਿਲਾਂ ਇੱਕ ਭਾਰਤੀਆਂ ਤੇ ਫਿਰ ਪੰਜਾਬੀਆਂ ਅਤੇ ਇਸ ਦੇ ਨਾਲ-ਨਾਲ ਉਸਨੇ ਇਹ ਵੀ ਮੰਨਿਆ ਕਿ ਜਿਸ ਪੰਜਾਬ ਨੇ ਉਸ ਨੂੰ ਇੰਨਾ ਕੁਝ ਦਿੱਤਾ ਹੈ ਇੰਨੇ ਵੱਡੇ ਮੁਕਾਮ ਤੇ ਪਹੁੰਚਾਇਆ ਉਸ ਪੰਜਾਬ ਅਤੇ ਉਸ ਪੰਜਾਬੀਅਤ ਦੀ ਉਸ ਪੰਜਾਬੀਅਤ ਦਾ ਖੂਨ ਉਸ ਦੀ ਰਗਾ ਵਿੱਚ ਦੌੜਦਾ ਹੈ ਉਸ ਦੀ ਰੂਹ ਵਿੱਚ ਪੰਜਾਬ ਵੱਸਦਾ ਹੈ ਅਤੇ ਨਾਲ-ਨਾਲ ਉਸ ਨੇ ਇਹ ਵੀ ਕਿਹਾ ਹੈ ਕਿ ਜਿਸ ਟੂਰ ਨੂੰ ਰੱਦ ਕਰ ਦਿੱਤਾ ਗਿਆ ਉਸ ਟੂਰ ਦੀ ਤਿਆਰੀਆਂ ਦਾ ਪੂਰੀ ਜ਼ੋਰਾਂ ਤੇ ਉਸ ਦੀ ਤਿਆਰੀਆਂ ਸਨ ਹਜ਼ਾਰਾਂ ਲੋਕ ਜੁੜੇ ਹੋਏ ਸਨ ਲੱਖਾਂ ਲੋਕਾਂ ਹਜ਼ਾਰਾਂ ਲੋਕਾਂ ਦੇ ਰੁਜ਼ਗਾਰ ਜੁੜੇ ਹੋਏ ਸਨ ਉਸ 3 ਦਿਨ ਦੇ ਟੂਰ ਨਾਲ ਭਾਵੇਂ ਉਹ ਸਟੇਜ ਵਾਲੇ ਹੋਣ ਲਾਈਟ ਵਾਲੇ ਹੋਣ ਜਾਂ ਖਾਣ ਪੀਣ ਦੀ ਚੀਜ਼ਾਂ ਵਾਲੇ ਹੋਣ ਟੂਰ ਰੱਦ ਕਰ ਦਿੱਤਾ ਗਿਆ ਇਹਨਾਂ ਲੋਕਾਂ ਦਾ ਰੁਜ਼ਗਾਰ 3 ਦਿਨ ਦਾ ਜਿਹੜੇ ਉਹਨਾਂ ਨੇ ਪੈਸੇ ਵਟਣੇ ਸੀਗੇ ਉਹ ਉਹਨਾਂ ਤੋਂ ਖੋਲੇ ਗਏ ਸਿਰਫ ਇਸ ਕਰਕੇ ਕਿ ਜਿਹੜੇ ਵਿਦਵਾਨ ਬਣੇ ਬੈਠੇ ਸੀ ਜਾਂ ਹਲੇ ਵੀ ਵਿਦਵਾਨ ਹੈਗੇ ਨੇ ਸੋਸ਼ਲ ਮੀਡੀਆ ਦੇ ਉਹਨਾਂ ਨੇ ਇੱਕ ਪੋਸਟ ਨੂੰ ਇੱਕ ਸਟੋਰੀ ਨੂੰ ਇੱਕ ਵੱਖਰੇ ਤੰਗ ਨਾਲ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਇੱਕ ਵੱਖਰੇ ਰੂਪ ਵਿੱਚ ਲੋਕਾਂ ਦੇ ਸਾਹਮਣੇ ਲੈ ਕੇ ਆਇਆ ਜਿਸ ਦੇ ਚੱਲਦੇ ਹੁਣ ਉਸ ਦਾ ਟੂਰ ਰੱਦ ਰੱਦ ਹੋ ਗਿਆ ਅਤੇ ਉਹਨਾਂ ਲੋਕਾਂ ਦਾ ਵੀ ਰੋਜ਼ਗਾਰ ਛੇਲਿਆ ਗਿਆ ਜਿਸ ਤੋਂ ਬਾਅਦ ਉਹ ਲੋਕਾਂ ਦੀਆਂ 3 ਦਿਨਾਂ ਦਾ ਰੋਜ਼ਗਾਰ ਛੇਲਿਆ ਗਿਆ ਜਿਹੜੇ ਲੋਕ ਇਸ ਟੂਰ ਤੇ ਨਿਰਭਰ ਕਰਦੇ ਸਨ ਬਹਰਾਲ ਸ਼ੋਭਣ ਨੇ ਦੱਸਿਆ ਹੈ ਕਿ ਇਹਨਾਂ ਸਾਰੀ ਗੱਲਾਂ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਹੈ ਉਹਨੇ ਕਿਹਾ ਕਿ ਮੇਰੀ ਕਹਾਣੀ ਤੇ ਉਸ ਪੋਸਟ ਨੂੰ ਦੁਬਾਰਾ ਸਾਂਝਾ ਕਰਨਾ ਇਸ ਇਸ ਚੀਜ਼ ਦਾ ਇਰਾਦਾ ਨਹੀਂ ਸੀ ਕਿ ਮੇਰਾ ਇਰਾਦਾ ਸਿਰਫ ਇਹ ਸੀ ਕਿ ਪੰਜਾਬ ਲਈ ਪ੍ਰਾਰਥਨਾ ਕਰਨਾ ਕਿਉਂਕਿ ਰਾਜ ਭਰ ਵਿੱਚ ਬਿਜਲੀ ਅਤੇ ਇੰਟਰਨੈਟ ਸੇਵਾਵਾਂ ਬੰਦ ਹੋਣ ਦੀਆਂ ਰਿਪੋਰਟਾਂ ਸਨ ਜਦੋਂ ਅੰਮ੍ਰਿਤਪਾਲ ਦਾ ਦੌਰ ਸੀ ਅੰਮ੍ਰਿਤਪਾਲ ਆਪਣੇ ਪੀਕ ਦੇ ਸੀਗਾ ਪੰਜਾਬ ਵਿੱਚ ਅਜਿਹਾ ਦੌਰ ਆਇਆ ਸੀਗਾ ਜਦੋਂ ਇੰਟਰਨੈਟ ਸੇਵਾਵਾਂ ਬੰਦ ਹੋ ਗਈਆਂ ਸਨ ਬਿਜਲੀ ਵੀ ਕਈ ਜਗ੍ਹਾ ਤੇ ਨਹੀਂ ਆਂਦੀ ਸੀ ਟੋਟਲ ਬਲੈਕਆਊਟ ਹੁੰਦਾ ਸੀਗਾ ਇਸ ਕਰਕੇ ਸ਼ੁਭਦੀ ਬਿਆਨ ਤੋਂ ਇੱਕ ਆਈ ਚੀਜ਼ ਜ਼ਾਹਿਰ ਹੁੰਦੀ ਹੈ ਕਿ ਉਸਨੇ ਪੰਜਾਬ ਦੇ ਨਕਸ਼ੇ ਨੂੰ ਜਾਂ ਕਾਲਾ ਇਸ ਕਰਕੇ ਦਿਖਾਇਆ ਸੀਗਾ ਕਿ ਬਿਜਲੀ ਬੰਦ ਰਹਿੰਦੀ ਹੈ ਇੰਟਰਨੈਟ ਸੇਵਾਵਾਂ ਬੰਦ ਰਹਿੰਦੀ ਹੈ ਸਿਰਫ ਉਹ ਉਸ ਦਾ ਮਨਸ਼ਾ ਸੀਗਾ ਇਸ ਦਾ ਖਾਨਦਾਇਕ ਆਪਣੀ ਸੋਚ ਨੂੰ ਜ਼ਾਹਿਰ ਕਰਨ ਦਾ ਕਿ ਬਲੈਕਆਊਟ ਹੈ ਪੰਜਾਬ ਦੇ ਨਕਸ਼ੇ ਨੂੰ ਕਾਲਾ ਇਸ ਕਰਕੇ ਕੀਤਾ ਗਿਆ ਕਿਉਂਕਿ ਉਸ ਦੌਰ ਵਿੱਚ ਉਸ ਸਮੇਂ ਵਿੱਚ ਇੰਟਰਨੈਟ ਸੇਵਾਵਾਂ ਬੰਦ ਹੁੰਦੀਆਂ ਸਨ ਬਿਜਲੀ ਬੰਦ ਰਹਿੰਦੀ ਸੀ ਇਸੇ ਕਰਕੇ ਮੈਂ ਉਸ ਨਕਸ਼ੇ ਨੂੰ ਕਾਲਾ ਦਿਖਾਇਆ ਇਸ ਦੇ ਪਿੱਛੇ ਕੋਈ ਹੋਰ ਵਿਚਾਰ ਨਹੀਂ ਸੀ ਅਤੇ ਮੈਂ ਇਹ ਕਿੰਨੀ ਤੌਰ ਤੇ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮੇਰਾ ਇਰਾਦਾ ਨਹੀਂ ਸੀ ਮੇਰੇ ਤੇ ਲੱਗੇ ਦੋਸ਼ਾਂ ਨੇ ਮੈਨੂੰ ਡੂੰਘਾ ਪ੍ਰਭਾਵਿਤ ਕੀਤਾ ਹੈ ਪਰ ਜਿਵੇਂ ਮੇਰੇ ਗੁਰੂ ਨੇ ਮੈਨੂੰ ਮਾਨਸ ਕੀ ਜਾਤ ਸਭੇ ਇੱਕ ਪਹਿਚਾਨ ਬੋ ਇਸਦਾ ਉਪਦੇਸ਼ ਦਿੱਤਾ ਹੈ ਤੇ ਮੈਨੂੰ ਇਹੀ ਮੰਨਣਾ ਚਾਹੀਦਾ ਹੈ ਕਿ ਜਿਹੜੀ ਚੀਜ਼ ਹੋਣੀ ਹੈ ਜਿਹੜੀ ਚੀਜ਼ ਹੋਈ ਹੈ ਉਹ ਰੱਬ ਦੀ ਹੋਣੀ ਵਿੱਚ ਹੋਈ ਹੈ ਉਸ ਦੀ ਰਜ਼ਾਮੰਦੀ ਵਿੱਚ ਹੋਈ ਹੈ ਅਤੇ ਸ਼ੋਭਨ ਇਹ ਵੀ ਕਹੇ ਕਿ ਮੈਂ ਜਲਦ ਹੀ ਆਪਣੀ ਪੂਰੀ ਟੀਮ ਨਾਲ ਵਾਪਸ ਆਵਾਂਗਾ ਇਕੱਠੇ ਅਤੇ ਵੱਡੇ ਸ਼ੋਅ ਕਰਾਂਗਾ ਲੋਕਾਂ ਸਾਹਮਣੇ ਆਪਣੀ ਦੁਬਾਰਾ ਜੋ ਮੇਰੀ ਪਹਿਚਾਣ ਇੱਕ ਦਾਗ ਲੱਗਿਆ ਹੈ ਮੇਰੀ ਪਹਿਚਾਣ ਤੇ ਉਸ ਦਾਗ ਨੂੰ ਮੈਂ ਕਿਵੇਂ ਤੋਂਣਾ ਇਹ ਮੇਰੀ ਜ਼ਿੰਮੇਵਾਰੀਆਂ ਤੁਹਾਨੂੰ ਦੱਸ ਦਈਏ ਕਿ ਸ਼ੁਭ ਦੇ ਇਸ ਬਿਆਨ ਤੋਂ ਇੱਕ ਯੰਗ ਸਿੰਗਰ ਵੀ 22 ਸਾਲ ਦਾ ਸਿੰਗਰ ਜੁਸ ਨੇ ਬਹੁਤ ਜਲਦੀ ਵੱਡੀ ਉਹ ਦੇਖੀ ਹੋਵੇ ਵੱਡੀ ਪ੍ਰੋਗਰੈਸ ਦੇਖੀ ਹੋਵੇ ਤਰੱਕੀ ਦੇਖੀ ਹੋਵੇ ਉਸ ਨਾਲ ਜਦੋਂ ਅਜਿਹੇ ਸੈਲੀਬ੍ਰਿਟੀਜ਼ ਤੋਂ ਕੋਈ ਅਜਿਹੀ ਵਾਕਿਆ ਉਹਨਾਂ ਨਾਲ ਵਾਪਰਦਾ ਹੈ ਤਾਂ ਜ਼ਰੂਰ ਅਜਿਹੀ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਕਿ ਸ਼ਾਇਦ ਇਹ اسی ਸੋਚ ਦੇ ਮਾਲਕ ਨੇ ਉਹ ਵੀ ਖਾਸ ਕਰਕੇ ਇਸ ਕਰਕੇ ਜਦੋਂ ਇੱਕ ਪੱਗ ਧਾਰੀ ਸਿੱਖ ਵੱਲੋਂ ਇੱਕ ਅਜਿਹੀ ਚੀਜ਼ ਅਜਿਹੀ ਚੀਜ਼ ਹਮਨੇ ਆਂਦੀ ਹੈ ਜਿਹੜਾ ਵਾਕਿਆ ਸਾਹਮਣੇ ਆਂਦਾ ਹੈ ਕਿ ਉਹ ਅਜਿਹੀ ਕੋਈ ਗੱਲ ਕਰ ਦਿੰਦਾ ਹੈ ਅਜਿਹੀ ਕੋਈ ਪੋਸਟ ਸ਼ੇਅਰ ਕਰ ਦਿੰਦਾ ਹੈ ਜਿਸ ਨਾਲ ਉਸ ਨੂੰ ਵਖਵਦੀ ਕਿਹਾ ਜਾ ਸਕੇ ਜਾਂ ਵਖਵਦੀ ਸਮਝਿਆ ਜਾਂਦਾ ਹੈ ਇਹ ਚੀਜ਼ ਬਹੁਤ ਜ਼ਿਆਦਾ ਇੱਕ ਵੱਡਾ ਮੁੱਦਾ ਬਣ ਜਾਂਦੀ ਹੈ ਵੱਡੇ ਵਿਸ਼ੇ ਤੇ ਇਹ ਚੀਜ਼ ਚੱਲੀ ਜਾਂਦੀ ਹੈ ਕਿਉਂਕਿ ਇੱਕ ਪਗਧਾਰੀ ਸਿੱਖ ਤੋਂ ਇੱਕ ਉਹਦੀ ਲੋਕਾਂ ਵਿੱਚ ਜਾਂ ਪੰਜਾਬ ਵਿੱਚ ਖਾਸ ਤੌਰ 'ਤੇ ਇੱਕ ਇਮੇਜ ਬਣ ਚੁੱਕੀ ਹੈ ਕਿ ਪਗਧਾਰੀ ਸਿੱਖ ਸ਼ਾਇਦ ਕਿਤੇ ਨਾ ਕਿਤੇ ਅਜਿਹੀ ਸੋਚ ਦੇ ਮਾਲਕ ਹਨ ਉਹ ਆਪਣੇ ਦਿਮਾਗ ਵਿੱਚ ਅਜਿਹੀ ਸੋਚ ਰੱਖਦੇ ਹਨ ਅਤੇ ਕੈਨੇਡਾ ਵਿੱਚ ਇੰਨੀਆਂ ਵੱਖਵਾਦੀ ਗਤੀਵਿਧੀਆਂ ਵਧੀਆਂ ਹੋਈਆਂ ਹਨ ਤੇ ਸ਼ਾਇਦ ਕਿਤੇ ਕੈਨੇਡਾ ਇਸ ਸੋਚ ਨੂੰ ਸ਼ਹਿਦਿੰਦਾ ਹੈ ਅਜਿਹੇ ਲੋਕਾਂ ਨੂੰ ਸ਼ਹਿਦਿੰਦਾ ਹੈ ਜਿਸ ਤੋਂ ਬਾਅਦ ਹੀ ਇਹ ਲੋਕ ਅਜਿਹੀ ਕੋਈ ਹਰਕਤ ਕਰ ਸਕਦੇ ਹਨ ਪਰ ਆਪਣੇ ਬਿਆਨ ਤੋਂ ਜੋ ਸ਼ੁਭ ਦੇ ਇਸ ਬਿਆਨ ਤੋਂ ਸਾਫ਼ ਇਹ ਚੀਜ਼ ਜ਼ਾਹਿਰ ਹੁੰਦੀ ਹੈ ਕਿ ਅਜਿਹੀ ਕਿਸੇ ਵੀ ਸੋਚ ਤੋਂ ਉਹ ਇਤفاق ਨਹੀਂ ਰੱਖਦਾ ਉਸ ਦਾ ਇਹੀ ਮੰਨਣਾ ਹੈ ਕਿ ਜਦੋਂ ਪੰਜਾਬ ਵਿੱਚ ਉਸ ਵੇਲੇ ਬਲੈਕਆਊਟ ਹੋ ਰਹੇ ਸਨ, ਬਿਜਲੀ ਦੇ ਕੱਟ ਲੱਗ ਰਹੇ ਸਨ, ਇੰਟਰਨੈਟ ਸੇਵਾਵਾਂ ਬੰਦ ਹੋ ਰਹੀਆਂ ਸਨ, ਉਹ ਪੋਸਟ ਸਾਂਝੀ ਕਰਨਾ, ਸਟੋਰੀ ਤੇ ਉਹ ਪੋਸਟ ਪਾਣਾ ਪੰਜਾਬ ਦੇ ਨਕਸ਼ੇ ਨੂੰ ਕਾਲਾ ਕਰਕੇ ਵਿਖਾਉਣਾ ਸਿਰਫ ਇੱਕ ਤਰੀਕਾ ਸੀਗਾ, ਇੱਕ ਜ਼ਰੀਆ ਸੀਗਾ ਇਹ ਦਿਖਾਉਣ ਦਾ ਕਿ ਪੰਜਾਬ ਵਿੱਚ ਇਸ ਵੇਲੇ ਜੋ ਹੋ ਰਿਹਾ ਹੈ ਉਹ ਠੀਕ ਨਹੀਂ ਹੈ। ਪਰ ਜਿਹੜੇ ਵਿਦਵਾਨ ਸੋਸ਼ਲ ਮੀਡੀਆ ਤੇ ਬਣੇ ਬੈਠੇ ਨੇ ਉਹਨਾਂ ਨੇ ਵੱਖਰੇ ਢੰਗ ਨਾਲ ਇਸ ਚੀਜ਼ ਨੂੰ ਦਿਖਾਇਆ ਅਤੇ ਜਿਹੜੇ ਲੋਕੀ ਅਜਿਹੀ ਸੋਚ ਦੇ ਮਾਲਕ ਹਨ ਕਿ ਦੋ ਦੋ ਪੱਖਾਂ ਦੀ ਸਟੋਰੀ ਸੁਣਨ ਤੋਂ ਪਹਿਲਾਂ ਇੱਕ ਇਸ ਫੈਸਲਾ ਲੈ ਲੈਂਦੇ ਹਨ ਉਹਨਾਂ ਨੇ ਕਿਸੇ ਚੀਜ਼ ਨੂੰ ਪੂਰੀ ਬਰੀਕੇ ਨਾਲ ਤਰਕ ਨਾਲ ਸਮਝਣ ਦੀ ਬਜਾਏ ਆਪਣੇ ਇਮੋਸ਼ਨਸ ਆਪਣੇ ਹਾਵ-ਭਾਵ ਨਾਲ ਆਪਣੇ ਭਾਵ ਨਾਲ ਉਸ ਚੀਜ਼ ਦਾ ਉਸ ਚੀਜ਼ ਤੇ ਅਸਰ ਕਰਦੇ ਹਨ ਅਮਲ ਕਰਦੇ ਹਨ ਪੋਸਟਰ ਫਾੜੇ ਜਾਣਾ ਟੂਰ ਰੱਦ ਹੋ ਜਾਣਾ ਬੋਰਡ ਵਰਗੀ ਏਡੀ ਵੱਡੀ ਕੰਪਨੀ ਦਾ ਸਪਾਂਸਰਸ਼ਿਪ ਰੱਦ ਕਰ ਦੇਣਾ ਬੁੱਕ ਮਾਈ ਸ਼ੋ ਦੇ ਟਿਕਟਿੰਗ ਦੇ ਕਿ ਪੈਸੇ ਵਾਪਸ ਕਰਨੇ ਲੋਕਾਂ ਨੂੰ ਸ਼ੋ ਰੱਦ ਕਰ ਦੇਣਾ ਕਿੱਥੋਂ ਤੱਕ ਦੀ ਸਮਝਦਾਰੀ ਹੈ ਕਿਉਂਕਿ ਸਿਰਫ ਇੱਕ ਸਿੰਗਰ ਦਾ ਕਰੀਅਰ ਦਾਅਤੇ ਨਹੀਂ ਲੱਗਾ ਉਹ ਲੋਕ ਜਿਨ੍ਹਾਂ ਨੇ ਉਸ ਪੂਰਾ ਟੂਰ ਆਰਗੇਨਾਈਜ਼ ਕੀਤਾ ਸੀਗਾ ਜਿਹੜੇ ਫੈਨਸ ਵੇਖਣਾ ਚਾਹੁੰਦੇ ਸਨ ਹਰ ਲੋਕਾਂ ਦੀ ਉਮੀਦ ਪੈਸਾ ਲੋਕਾਂ ਦੀ ਰੋਜ਼ਗਾਰ ਉਸ ਨਾਲ ਜੁੜਿਆ ਹੋਇਆ ਸੀਗਾ ਇਸ ਕਰਕੇ ਵੱਡੀਆਂ ਕੰਪਨੀਆਂ ਨੂੰ ਵੀ ਸੋਚਣ ਦੀ ਲੋੜ ਹੈ ਕਿ ਜਿਹੜਾ ਇੱਕ ਤਰਫਾ ਕਹਾਣੀ ਸੁਣ ਕੇ ਇੱਕ ਬਿਆਨ ਤੇ ਉਹ ਐਡਾ ਵੱਡਾ ਫੈਸਲਾ ਲੈ ਲੈਂਦੀਆਂ ਹਨ ਕਿ ਜਿਹੜੀ ਫਰੀडम ਆਫ ਸਪੀਚ ਫਰੀडम ਆਫ ਐਕਸਪ੍ਰੈਸ਼ਨ ਦੀ ਗੱਲ ਭਾਰਤ ਵਿੱਚ ਹੁੰਦੀ ਹੈ ਭਾਰਤ ਦਾ ਸੰਵਿਧਾਨ ਇਹ ਸਾਨੂੰ ਹੱਕ ਦਿੰਦਾ ਹੈ ਕਿ ਅਸੀਂ ਫਰੀडम ਆਫ ਸਪੀਚ ਦੀ ਵਰਤੋਂ ਕਰ ਸਕਦੇ ਹਾਂ ਫਰੀडम ਆਫ ਐਕਸਪ੍ਰੈਸ਼ਨ ਦੀ ਵਰਤੋਂ ਕਰ ਸਕਦੇ ਹਾਂ ਕਿ ਐਡੀ ਵੱਡੀ ਕੰਪਨੀਆਂ ਸਿਰਫ ਇੱਕ ਪੱਖ ਦੀ ਗੱਲ ਸੁਣ ਕੇ ਸਿਰਫ ਕੁਝ ਕਥੇ ਦੇ ਵਿਦਵਾਨਾਂ ਦੀ ਗੱਲ ਸੁਣ ਕੇ ਮੂਹੋਂ ਕਈ ਵਿਦਵਾਨਾਂ ਦੀ ਗੱਲ ਸੁਣ ਕੇ ਸਵੇ ਵਿਦਵਾਨਾਂ ਦੀ ਗੱਲ ਸੁਣ ਕੇ ਇਹਨਾਂ ਫੈਸਲਾ ਵੱਡਾ ਫੈਸਲਾ ਲੈ ਲੈਂਦੀ ਹਨ ਜਿਸ ਨਾਲ ਇੱਕ ਸਿੰਗਰ ਉਹਨਾਂ ਲੋਕਾਂ ਦਾ ਰੋਜ਼ਗਾਰ ਜੁੜਿਆ ਇਸ ਪੂਰੇ ਟੂਰ ਨਾਲ ਕੀ ਇਹ ਸਹੀ ਹੈ ਕਿਉਂਕਿ ਜ਼ਰੂਰੀ ਨਹੀਂ ਕਿ ਪਵਿਕ ਵਿੱਚ ਅਜਿਹੀ ਕੋਈ ਗਤੀਵਿਧੀ ਨਾ ਹੋਣ ਇੱਕ ਆਰਟਿਸਟ ਲਈ ਇੱਕ ਸੈਲੀਬ੍ਰਿਟੀ ਲਈ ਬਹੁਤ ਜ਼ਰੂਰੀ ਹੈ ਕਿ ਉਹ ਉਹ ਮੁੱਦਿਆਂ ਤੇ ਬੋਲੇ ਕਿਉਂਕਿ ਜਦੋਂ ਤੱਕ ਵੱਡੇ ਲੋਕ ਜਿਹੜੇ ਵੱਡੇ ਪੱਧਰ ਤੇ ਲੋਕ ਬੈਠੇ ਨੇ ਉਹ ਵੱਡੇ ਮੁੱਦਿਆਂ ਤੇ ਨਹੀਂ ਬੋਲਦੇ ਉਹ ਮੁੱਦਾ ਕਿਤੇ ਨਾ ਕਿਤੇ ਗੁੰਮ ਹੋ ਜਾਂਦਾ ਉਸ ਦੀ ਆਵਾਜ਼ ਦੱਬ ਜਾਂਦੀ ਹੈ ਇਸ ਕਰਕੇ ਸ਼ੁਭਦਾ ਉਸ ਸਟੋਰੀ ਨੂੰ ਸਾਂਝਾ ਕਰਨਾ ਉਸ ਵੇਲੇ ਬਹੁਤ ਜ਼ਰੂਰੀ ਸੀ ਕਿਉਂਕਿ ਜੋ ਪੰਜਾਬ ਦੇ ਉਸ ਵੇਲੇ ਦੇ ਹਾਲਾਤ ਸਨ ਉਹ ਕੁਝ ਹੋਰ ਸਨ ਉਸ ਨੇ ਇੱਕ ਵੱਖਰਾ ਤਰੀਕਾ ਚੂਜ਼ ਕੀਤਾ ਜਿਸ ਨੂੰ ਸੋਸ਼ਲ ਮੀਡੀਆ ਦੇ ਵਿਦਵਾਨਾਂ ਨੇ ਇੱਕ ਵੱਖਰੇ ਢੰਗ ਨਾਲ ਲੋਕਾਂ ਸਾਹਮਣੇ ਪੇਸ਼ ਕੀਤਾ ਜਿਸ ਦੇ ਚੱਲਦੇ ਉਸ ਦਾ ਟੂਰ ਰੱਦ ਕੀਤਾ ਗਿਆ ਬਰਹਾਲ ਸ਼ੁਭ ਨੇ ਪੋਸਟ ਸਾਂਝੀ ਕਰ ਦਿੱਤੀ ਹੈ ਆਪਣਾ ਬਿਆਨ ਸਾਂਝਾ ਕਰ ਦਿੱਤਾ ਹੈ ਕਿ ਮੇਰਾ ਅਜੇ ਹੀ ਕਿਸੇ ਵੀ ਹਰਕਤ ਅਜੇ ਹੀ ਕਿਸੇ ਵੀ ਸੋਚ ਤੋਂ ਮੈਂ ਇਤفاق ਨਹੀਂ ਰੱਖਦਾ ਮੇਰਾ ਸਿਰਫ ਤੇ ਸਿਰਫ ਆਹੀ ਮੰਨਣਾ ਹੈ ਕਿ ਮੇਰੇ ਖੂਨ ਵਿੱਚ ਪੰਜਾਬ ਦੌੜਦਾ ਹੈ ਪੰਜਾਬ ਦਾ ਜੋ ਮਿੱਟੀ ਹੈ ਪੰਜਾਬ ਦੀ ਉਹ ਮੇਰੀ ਰਗਾ ਵਿੱਚ ਦੌੜਦੀ ਹੈ ਤੇ ਮੈਂ ਸਿਰਫ ਪੰਜਾਬ ਦੀ ਖੈਰ ਮੰਗਦਾ ਅਤੇ ਆਪਣੇ ਪਵਿੱਖਲੇ ਵੀ ਸ਼ੁਭ ਨੇ ਇੱਕ ਸੰਕੇਤ ਦੇ ਦਿੱਤੇ ਨੇ ਕਿ ਮੈਂ ਬਹੁਤ ਜਲਦ ਹੀ ਪੰਜਾਬ ਵਿੱਚ ਵਾਪਸ ਆਵਾਂਗਾ ਜਿਸ ਧਰਤੀ ਤੋਂ ਮੈਂ ਉਠਿਆ ਸਾਰਾ ਕੁਝ ਸਿੱਖਿਆ ਜਿਸ ਧਰਤੀ ਨੇ ਮੈਨੂੰ ਇੰਨਾ ਮਾਣ ਇੰਨਾ ਪਿਆਰ ਦਿੱਤਾ ਹੈ ਜਿਸ ਜਿਨ੍ਹਾਂ ਲੋਕਾਂ ਨੇ ਮੈਨੂੰ ਸ਼ਿਖਰਾਂ ਤੇ ਪਹੁੰਚਾਇਆ ਉਹਨਾਂ ਲੋਕਾਂ ਲਈ ਮੈਂ ਦੁਬਾਰਾ ਛੇਤੀ ਹੀ ਵਾਪਸ ਆਵਾਂਗਾ ਅਤੇ ਟੂਰ ਕਰਾਂਗਾ। بارشਾਂ ਤੇ ਹੜ੍ਹ ਦੇ ਪਾਣੀ ਨਾਲ ਡੇਂਗੂ ਦੇ ਫੈਲਣ ਨੂੰ ਰੋਕਣ ਲਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਸ਼ੇਸ਼ ਮੁਹਿੰਮ ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਦੀ ਸ਼ੁਰੂਆਤ ਕੀਤੀ ਗਈ। ਇਸ ਸਬੰਧੀ ਪੰਜਾਬ ਸਰਕਾਰ ਨੇ ਵਿਆਪਕ ਪੱਧਰ ਉੱਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਸਰਕਾਰੀ ਹਸਪਤਾਲਾਂ ਵਿੱਚ ਡੇਂਗੂ ਤੇ ਮਲੇਰੀਆ ਤੇ ਮੁਫਤ ਟੈਸਟ ਅਤੇ ਮੁਫਤ ਇਲਾਜ ਦੀ ਸਮੂਲਕ ਦਿੱਤੀ ਗਈ ਹੈ ਲਾਰਵਾਦੀ ਚੈਕਿੰਗ ਕਰਨ ਲਈ ਮੁਲਾਜ਼ਮਾਂ ਦੀ ਤਾਇਨਾਤੀ ਕਰਨ ਤੇ ਨਾਲ ਨਾਲ ਸ਼ਹਿਰ ਅਤੇ ਪਿੰਡਾਂ ਵਿੱਚ ਦਵਾਈ ਦੇ ਛਿੜਕਾਅ ਲੈ ਟੁਕਮੇ ਪਰਬੰਧਨ ਨੂੰ ਵੀ ਯਕੀਨੀ ਬਣਾਇਆ ਗਿਆ ਹੈ ਹਰ ਸ਼ੁੱਕਰਵਾਰ ਡੇਂਗੂ ਤੇ ਵਾਰ